ਸਸਲਾਮ ਵਾਲੇਕੁਮ ਕੀ ਹਾਲ ਹੈ ਠੀਕੋ ਫਿਟੋ ਮਜ਼ੇ ਚੋ ਅੱਜ ਆਏ ਆ ਭਾਈ ਜਾਨ ਅਸੀਂ ਇੱਕ ਛੋਟੇ ਜਿਹੇ ਵਲੌਗ ਦੇ ਨਾਲ ਜਿਹੜਾ ਆਲਮੋਸਟ ਅਸੀਂ ਡੇਲੀ ਕਬ ਕਦੇ ਬਣਾਉਂਦੇ ਆ ਲੇਕਿਨ ਅੱਜ ਮੈਂ ਆਇਆ ਕਾਫੀ ਦਿਨਾਂ ਤੋਂ ਬਾਅਦ ਰੀਜ਼ਨ ਇਹ ਹੈ ਕਿ ਪ੍ਰੋਪਰ ਟਾਈਮ ਨਹੀਂ ਮਿਲ ਸਕਿਆ ਜਿਸ ਦੀ ਵਜ੍ਹਾ ਤੋਂ ਮੈਂ ਵਲੌਗ ਜਿਹੜਾ ਨਾ ਮੋਸਟਲੀ ਘਟ ਕਰ ਦਿੰਦਾ ਤੇ ਸੀਨ ਇਹ ਹੈ ਕਿ ਗਰਮੀ ਕੁਝ ਜ਼ਿਆਦਾ ਹੈਗੀ ਹੈ ਸਾਡੇ ਵਾਲੇ ਇਲਾਕੇ ਦੇ ਵਿੱਚ ਫਿਰ ਜਿਸ ਟਾਈਮ ਟਾਈਮ ਮਿਲਦਾ ਉਸ ਟਾਈਮ ਆਨੇ ਕੋ ਪੰਜ ਕਿ ਮਿੰਟ ਵਾਸਤੇ ਗੱਪਸ਼ਪ ਕਰਨੇ ਤੇ ਇਹਨੂੰ ਮੈਂ ਇੱਕ ਡਾਈਟ ਸਟਾਰਟ ਕੀਤੀ ਯਾਨੀ ਕਿ ਪਾਣੀ ਚ ਗਲੂਕੋਜ਼ ਮੈਂ ਖੁਦ ਇਹਦਾ weight ਰਿਡਿਊਸ ਕੀਤਾ ਡਾਈਟ ਇਹਦੀ ਘੱਟ ਕੀਤੀ ਕਿਉਂਕਿ ਗਰਮੀ ਐ ਬਹੁਤ ਜ਼ਿਆਦਾ ਹੁੰਦੀ ਵਜ੍ਹਾ ਤੋਂ ਇਹਨੂੰ ਜ਼ਿਆਦਾ ਪਿਆਸ ਲੱਗਦੀ ਐ ਪਿਆਸ ਤੋਂ ਮੁਰਾਦ ਕਿ ਇਹਨੂੰ ਜ਼ਿਆਦਾ ਜਿਹੜਾ ਨਾ ਹਾਂਪਦਾ ਹੈ ਹਾਪਦਾ ਯਾਨੀ ਕਿ ਉਹ ਗਰਮੀ ਦੀ ਵਜ੍ਹਾ ਤੋਂ ਇਹਨਾਂ ਦਾ ਕੰਮ ਖਰਾਬ ਹੁੰਦਾ ਐ ਮੈਂ ਇਸ ਵਾਸਤੇ ਇਹਦੀ ਡਾਈਟ ਕਰਤੀ ਘੱਟ ਤਾਂ ਕਿ ਇਹ ਥੋੜਾ ਜਿਹਾ ਰਿਲੈਕਸ ਰਵੇ ਤੇ ਮੇਰਾ ਮਸ਼ਹਰਾ ਹੀ ਹੋਈ ਐ ਜਿਨ੍ਹਾਂ ਨੇ ਵੀ ਜਰਮਨ ਸ਼ੈਫ ਰੱਖੇ ਹੋਏ ਕਾਈਂਡਲੀ ਆਦੇ ਡੌਗਸ ਦੀ ਤਾਂ ਥੋੜੀ ਜਿਹੀ ਡਾਈਟ ਘੱਟ ਕਰ ਲੋ ਪਾਣੀ ਤੇ ਗਲੂਕੋਜ਼ ਵਾਲੇ ਕੰਮ ਇਹਨੂੰ ਥੋੜੇ ਖਿੱਚ ਕੇ ਦਿਓ ਤਾਂ ਕਿ ਫਿੱਟ ਰਹੇ ਓਕੇ ਜੀ ਮਿਲਾਂਗੇ ਨੈਕਸਟ ਵਲੌਗ ਨਾਲ ਅਲ ਹਾਫੀਜ਼